ਨੈਸ਼ਨਲ ਲੀਗਲ ਸਰਵਿਸ ਅਥਾਰਟੀ ਇੰਡੀਆ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਸਮੁੱਚੇ ਦੇਸ਼ ਵਿੱਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ ਹੈ, ਜਿਸ ਵਿੱਚ ਵੱਖ ਵੱਖ ਕੈਟਾਗਰੀ ਦੇ ਕੇਸਾਂ ਦਾ ਤੁਰੰਤ ਨਿਪਟਾਰਾ ਦੋਨਾਂ ਪੱਖਾਂ ਦੀ ਸਹਿਮਤੀ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਲੋਕ ਅਦਾਲਤ ਦਾ ਫੈਸਲਾ ਆਖਰੀ ਫੈਸਲਾ ਮੰਨਿਆ ਜਾਂਦਾ ਹੈ, ਜਿਸ ਤੋਂ ਬਾਅਦ ਕੋਈ ਵੀ ਅਪੀਲ ਨਹੀਂ ਕੀਤੀ ਜਾਂਦੀ। ਸੈਕਟਰੀ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਸਿਵਲ ਜੱਜ ਮੈਡਮ ਰਾਜਵੰਤ ਕੌਰ ਨੇ ਦੱਸਿਆ ਹੈ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਇੰਡੀਆ ਦੇ ਨਿਰਦੇਸ਼ਾਂ ਤਹਿਤ ਅੱਜ ਫਰੀਦਕੋਟ ਵਿੱਚ ਵੀ ਲੋਕ ਅਦਾਲਤ ਲਗਾਈ ਗਈ, ਜਿਸ ਵਿੱਚ 1040 ਵੱਖ ਵੱਖ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉੱਧਰ ਇਹਨਾਂ ਅਦਾਲਤਾਂ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਨ ਵਾਲੇ ਲੋਕਾਂ ਨੇ ਵੀ ਲੋਕ ਅਦਾਲਤਾਂ ਨੂੰ ਲਾਹੇਵੰਦ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਨਾਲ ਪੈਸੇ ਅਤੇ ਸਮੇਂ ਦੀ ਬਚਤ ਹੁੰਦੀ ਹੈ। जी सर, ऑनरेबल नेशनल लीगल सर्विस अथॉरिटी इंडिया की डायरेक्शंस के अकॉर्डिंगली आज पूरे भारत में नेशनल लोक अदालत लगाई गई है, जिसके तहत आज जिला फरीदकोट पंजाब में भी नेशनल लोक अदालत का आयोजन किया गया है। हमारे इस डिस्ट्रिक्ट में टोटल 8 बेंचेस बनाए गए हैं। इन बेंचेस में मानयोग्य जुडिशियल ऑफिसर्स, एक एडवोकेट और एक सोशल वर्कर एज ए मेम्बर बनाए गए हैं। फरीदकोट डिस्ट्रिक्ट में टोटल 1040 केसेस लोक अदालत के लिए टेकन अप किए हैं, जो कि दोनों पार्टी की कंसेंट से लोक अदालत में लगाए गए हैं। लोक अदालत में हम क्रिमिनल कंपाउंडेबल केसेस, मैट्रिमोनियल केसेस, लैंड एक्विजिशन केसेस, बैंक रिकवरी केसेस, नेगोशिएबल इंस्ट्रूमेंट केसेस एंड अदर केसेस लगाए जाते हैं। लोक अदालत में केसेस को डिस्पोज ऑफ करने का सबसे फ़ायदा ये है कि जो ऑर्डर और अवार्ड पास किया जाता है, इट्स फाइनल एंड इसके खिलाफ कोई भी पार्टी अपील, रिव्यू और रिविज़न नहीं दायर कर सकती। इससे दोनों पार्टियों के पैसे और समय की बचत होती है। इसके अलावा जो सिविल केसेस हैं, हम लोक अदालत में डिस्पोज ऑफ करते हैं, उसमें करने के लिए जो कोर्ट फीस लगती है, वो भी कोर्ट फीस रिफंड करने का हुक्म किया जाता है। सो लोक अदालत में अपने केसेस का निपटारा करने से पार्टी का समय और पैसे दोनों की बचत होती है और ये ऑर्डर फाइनल होता है। धन्यवाद। कि दोनों धिरों को बिठा के बहुत चंगी तरह उन्होंने गल की करवाई जाती है उन्होंने कि दोनों किदा ਪਾਰਟੀਆਂ ਪੇਸ਼ ਹੁੰਦੀਆਂ ਹੈਗੀਆਂ, ਕਿ ਦੋਨਾਂ ਦੇ ਦੋਨਾਂ ਧਿਰਾਂ ਦੀ ਸੁਰੀ ਜਾਂਦੀ ਹੈ, ਉਦੋਂ ਹੈਂਡਲ ਕੀਤਾ ਜਾਂਦਾ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਲੋਕ ਅਦਾਲਤਾਂ ਨਾਲ ਜਿਹੜਾ ਕਿ ਤਾਂ ਟਾਈਮ ਵੀ ਬਚਦਾ ਹੈ ਔਰ ਇਸ ਤੋਂ ਇਲਾਵਾ ਪੈਸੇ ਦੀ ਵੀ ਜਿਹੜੀ ਬਚਤ ਹੁੰਦੀ ਹੈ? ਹਾਂਜੀ, ਲਾਭ ਹਰ ਕਿਸੇ ਨੂੰ ਲੈਣੇ ਚਾਹੀਦੇ? ਹਾਂਜੀ ਹਾਂਜੀ, ਸਾਰਿਆਂ ਨੂੰ ਲੈਣੇ ਚਾਹੀਦੇ ਹੈ, ਕਿਉਂਕਿ ਬਹੁਤ ਟਾਈਮ ਬਚਦਾ ਇਹਨਾਂ ਨਾਲ। ਸੈਟੀਸਫਾਈਡ ਹੋਣੇ ਜਿਹੜੇ ਦੋਨੋਂ ਪਾਰਟੀਆਂ ਜਿਹੜੀ ਸੈਟੀਸਫਾਈਡ ਹੋਣ ਤੋਂ ਬਾਅਦ ਹੀ ਜਿਹੜੇ ਫੈਸਲੇ? ਹਾਂਜੀ ਹਾਂਜੀ। ਇਸ ਤਰ੍ਹਾਂ ਦੇ ਕੋਈ ਵੀ ਅਜਿਹਾ ਕੇਸ ਹੈ ਜੋ ਕੰਪਾਊਂਡੇਬਲ ਹੈ, ਜਿਹਦਾ ਰਾਜੀਨਾਮਾ ਹੋ ਸਕਦਾ, ਉਹਦੇ ਵਿੱਚ ਕੋਰਟ ਦੋਨਾਂ ਪਾਰਟੀਆਂ ਨੂੰ ਇੱਕ ਮੇਜ਼ 'ਤੇ ਬਿਠਾ ਕੇ, ਕੋਈ ਮਤਲਬ ਇਹ ਨਹੀਂ ਹੁੰਦਾ ਕਿ ਜੈਸਾ ਉੱਚੇ ਬੈਠੀ ਹੈ ਅਤੇ ਪਾਰਟੀ ਥੱਲੇ ਬੈਠੀ ਹੈ, ਬਰਾਬਰ ਵਾਲੇ ਬਿਠਾ ਕੇ ਕਿਤੇ ਦੂਜੀ ਪਾਰਟੀ ਨੂੰ ਥੋੜ੍ਹਾ ਕਹਿਣਾ ਕਿ ਨਹੀਂ ਤੂੰ ਥੋੜ੍ਹੇ ਘੱਟ ਕਰ ਭਾਈ ਆਪਦਾ, ਦੂਜੀ ਕਹਿਣਾ ਵੀ ਤੂੰ ਆਪਦੇ ਭਾਈ ਜਿਵੇਂ ਵੀ ਹੈਗਾ ਇਹਨੂੰ ਸੈਟੀਸਫਾਈ ਕਰੋ, ਤਾਂ ਦੋਨਾਂ ਪਾਰਟੀ ਸੈਟੀਸਫਾਈ ਕਰਕੇ ਪੂਰੀ ਤਰ੍ਹਾਂ ਜਿਹੜਾ ਹੈ ਇਹ ਕੇਸ ਨਿਪਟਾਏ ਜਾਂਦੇ ਹੈ। ਇਹਨਾਂ ਲੋਕਾਂ ਦਾ ਖੱਜਲ ਖੁਆਰੀ ਬਚਦੀ ਹੈ, ਸਮਾਂ ਬਚਦਾ, ਜਿਹੜਾ ਕੋਰਟਾਂ ਦੇ ਭਾਰ ਹੈ ਕੇਸਾਂ ਦਾ ਉਹ ਵੀ ਘੱਟਦਾ। ਅਤੇ ਮੈਂ ਤਾਂ ਇਸ ਗੱਲ ਤੋਂ ਬਹੁਤ ਸੰਤੁਸ਼ਟ ਹਾਂ ਕਿ ਇਹ ਹੋਣਾ ਚਾਹੀਦਾ, ਹਰ ਮਹੀਨੇ ਹੋਣਾ ਚਾਹੀਦਾ। ਅੱਜ ਦੀ ਅਦਾਲਤ 'ਚ ਤੁਹਾਡੇ ਕਿੰਨੇ ਕੇਸ ਲੱਗੇ ਸੀ? ਸਤਾਰਾਂ ਕੇਸ ਲੱਗੇ ਸੀ ਸਰ, ਉਹਦੇ ਵਿੱਚੋਂ ਕੋਈ 7-8 ਕੇਸ ਮੇਰੇ ਹੈ ਡਿਸਾਈਡ ਹੋ ਚੁੱਕੇ ਹੈ। ਦੋਨੇ ਪਾਰਟੀਆਂ ਬੜੀਆਂ ਮਤਲਬ ਖੁਸ਼ੀ ਮਤਲਬ ਇਹਦਾ ਫਾਇਦਾ ਸਰ ਇੱਕ ਹੋਰ ਵੀ ਹੈ ਕਿ ਉਹ ਪਾਰਟੀਆਂ ਆਪਸ 'ਚ ਵਰਤਦੀਆਂ ਰਹਿ ਜਾਂਦੀਆਂ, ਆਪਸ ਵਿੱਚ ਉਹਨਾਂ ਦਾ ਜੋ ਪਿਆਰ ਆ ਬਣਿਆ ਰਹਿੰਦਾ, ਇਸੇ ਤਰ੍ਹਾਂ ਇਸ ਚੀਜ਼ ਦਾ ਬਹੁਤ ਫਾਇਦਾ ਹੁੰਦਾ ਇਸ ਨਾਲ, ਜੋ ਲਿਟੀਗੇਸ਼ਨ ਘੱਟਦੀ ਹੈ ਅਤੇ ਜੋ ਲੜਾਈ ਝਗੜੇ ਉਹ ਘੱਟਦੇ। ਫਰੀਦਕੋਟ ਤੋਂ ਸੰਦੀਪ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।